ਅਤੇ ਨਿਗਾਤੀ ਮਜਮੇ ਆਵਾਜ਼ ਥੋੜੀ ਬੁਲੰਦ ਆਵਾਜ਼ ਨਾਲ ਗਵੇ ਦਿਓ ਨਾਰੇ ਤਕਬੀਰ ਅੱਲਾਹੁ ਅਕਬਰ ਨਾਰੇ ਰਿਸਾਲਤ ਯਾ ਰਸੂਲ ਅੱਲਾਹ ਨਾਰੇ ਰਿਸਾਲਤ ਯਾ ਰਸੂਲ ਅੱਲਾਹ ਨਾਰੇ ਹੈਦਰੀ ਯਾ ਅਲੀ ਅਲੈਹਿ ਸਲਾਤੁ ਵਸਲਾਮ ਮਿਲ ਕੇ ਨਾਮੇ ਹੈਦਰ ਦੀ ਗੂੰਜ ਆਵੇ ਸੱਜਾ ਹੱਥ ਬੁਲੰਦ ਕਰਕੇ ਹੈਦਰੀ ਯਾ ਅਲੀ ਅਲੈਹਿ ਸਲਾਤੁ ਵਸਲਾਮ ਸਾਮੀ ਨਬੋਤਰ ਅੱਜ ਦੀ ਮਜਲਿਸ ਅਦਾ ਲਾਈਵ ਮੁਲਤਾਨ ਅਦਾਦਾਰੀ ਵੈਬਸਾਈਟ 'ਤੇ ਪੂਰੇ ਮੁਲਕ 'ਚ ਬਲਕਿ ਬੈਰੂਨ ਮੁਲਕ 'ਚ ਵੀ ਜਿਤਨੇ ਮਮਾਲਿਕ ਹਨ ਮਜਲਿਸ ਅਦਾ ਲਾਈਵ ਵਿਖਾਈ ਜਾ ਰਹੀ ਹੈ ਤੋ ਮੁਗਲੀਨ ਇਸ ਵੈਬਸਾਈਟ 'ਤੇ ਮੁਲਤਾਨ ਅਦਾਦਾਰੀ ਵੈਬਸਾਈਟ 'ਤੇ ਮਜਲਿਸ ਅਦਾ ਲਾਈਵ ਵੇਖ ਵੀ ਸਕਦੇ ਸੁਣ ਵੀ ਸਕਦੇ ਤੋ ਜਿਸ ਤਰ੍ਹਾਂ ਕਿਬਲਾ ਬਾਬਾ ਇਮਰਾਨ ਹੈਦਰ ਕਾਦਮੀ ਸ਼ਾਹ ਸਾਹਿਬ ਨੇ ਹੁਕਮ ਦਿੱਤਾ ਵੀ ਠੀਕ 8 ਵਜੇ ਸ਼ੌਕਤ ਰਜ਼ਾ ਸ਼ੌਕਤ ਸਾਹਿਬ ਆਫ ਮੁਲਤਾਨ ਸਿਕਿਉਰਟੀ ਮਸਲਾ ਬਣ ਰਿਹਾ ਕਾਫੀ ਸਾਰਾ ਮਸਲਾ ਇਸ ਵਾਸਤੇ ਉਹਨਾਂ ਕੇ ਸ਼ਾਰਟ ਕਰ ਦਿੱਤੇ ਹਨ ਔਰ ਇਨਸ਼ਾਅੱਲਾ ਥੋੜ੍ਹਾ ਟਾਈਮ ਜਨਾਬ ਜਵਾਰ ਸਾਦਿਕ ਹੁਸੈਨ ਬਲੋਚ ਸਾਹਿਬ ਔਰ ਇਹਨਾਂ ਦੇ ਫੌਰਨ ਬਾਅਦ ਜਨਾਬ ਕਾਜ਼ਿਮ ਮੁਖਤਾਰ ਖੋਖਰ ਸਾਹਿਬ ਔਰ ਜਨਾਬ ਇਰਫਾਨ ਅਬਾਸ ਰਤਨ ਸਾਹਿਬ ਬਿਲਾਲ ਅਦਰ ਖਾਜਾ ਸਾਹਿਬ ਕਿਬਲਾ ਮੌਲਾਨਾ ਅਲਤਾਫ ਹੁਸੈਨ ਮਿਲਜ਼ੀ ਸਾਹਿਬ ਜਨਾਬ ਅਲਾਮਾ ਮੌਲਾਨਾ ਗੁਲਾਮ ਜਾਫਰ ਦਾ ਆਫ ਲਾਹੌਰ ਜ਼ੈਗਮ ਅਬਾਸ ਜ਼ਕੀ ਸ਼ੌਕਤ ਰਜ਼ਾ ਸ਼ੌਕਤ ਹਾਜੀ ਨਾਸਰ ਅਬਾਸ ਨੋਤਕ ਹਾਜੀ ਸੈਦ ਨਜਮੁਲ ਹਸਨ ਨੋਤਕ ਜਨਾਬ ਸੈਦ ਅਲੀ ਰਜ਼ਾ ਦਾਊਦ ਖੈਰ ਜੁਲੀਅਤ ਇਮਰਾਨ ਸ਼ਿਰਾਜ਼ੀ ਕਾਜ਼ੀ ਵਸੀਮ ਅਬਾਸ ਮੌਲਾਨਾ ਸੈਦ ਮੁਸ਼ਤਾਕ ਹੁਸੈਨ ਸ਼ਾਹ ਬੁਖਾਰੀ ਇਨਸ਼ਾਅੱਲਾ ਕਾਫੀ ਮੌਲਾਨਾ ਦੇ ਮਦਾਖਾਨ ਬਕਾਇਆ ਹੈ ਸਿਕਿਉਰਟੀ ਦਾ ਥੋੜ੍ਹਾ ਜਿਹਾ ਪ੍ਰੋਬਲਮ ਹੋ ਰਹੀ ਹੈ ਤੋ ਪੜ੍ਹਨ ਵਾਲਿਆਂ ਨੂੰ ਮੈਂ ਗੁਜ਼ਾਰਿਸ਼ ਕਰੇ ਸਾਂ ਜਿਤਨਾ ਟਾਈਮ ਦਿੱਤਾ ਜਾਵੇ ਉਸ ਟਾਈਮ ਦੇ ਅੰਦਰ ਹੀ ਆਪਣੀ ਹਾਜ਼ਰੀ ਵਾਈਂਡ ਅਪ ਕਰਨ ਦੀ ਕੋਸ਼ਿਸ਼ ਕਰ ਸਕਣ ਬਾਰਾਜ਼ ਮਤ ਆਲੇ ਮੁਹੰਮਦ ਬਾਬਾ ਸੇ ਬਲਾਮ ਸਾਹਿਬ ਸਿਰਫ 10 ਮਿੰਟ ਪੜ੍ਹਨਾ 11ਵਾਂ ਮਿੰਟ ਨਹੀਂ ਅਲੀ ਦੇ ਪੁੱਤਰਾਂ ਕੋ ਪਿਆਰ ਕਰ ਚਾ ਦੁਆਏ ਸੈਯਦਾ ਵਸੂਲ ਕਰ ਗਏ ਅਗਰ ਮੈਂ ਨਾਰੇ ਦਾ ਸਲਵਾਦ ਦਾ ਆਖਾਂ ਤਾਂ ਮੇਰਾ ਟਾਈਮ ਚੱਲਿਆ ਵੇ ਸੀ ਅਲੀ ਦੇ ਪੁੱਤਰਾਂ ਕੋ ਪਿਆਰ ਕਰ ਚਾ ਦੁਆਏ ਸੈਯਦਾ ਵਸੂਲ ਕਰ ਗਏ ਅਲੀ ਦੇ ਪੁੱਤਰਾਂ ਕੋ ਪਿਆਰ ਕਰ ਚਾ ਦੁਆਏ ਸੈਯਦਾ ਵਸੂਲ ਕਰ ਗਏ ਕਬਰ ਦੀ ਸਖਤੀ ਵੀ ਚੰਗੀ ਕੋਈ ਨਹੀਂ ਹਸ਼ਰ ਦਾ ਦਾਮਨ ਵਸੂਲ ਕਰ ਗਏ ਤਵੱਜੋ ਪੂਰੇ ਵਾਲੇ ਨਾ ਖਰਚਾ ਥੀਂਦੇ ਨਾ ਪੈਸੇ ਲੱਗਦੇ ਹਨ ਲਵਜ਼ੀ ਹੋਏ ਨਾ ਖਰਚਾ ਥੀਂਦੇ ਨਾ ਪੈਸੇ ਲੱਗਦੇ ਹਨ ਮੁਫਤ ਸਾਦਿਕ ਦਾ ਮਸ਼ਵਰਾ ਹੈ ਅਗਰ ਜਹੰਨਮ ਦੀ ਬਾਹ ਤੋਂ ਬਚਣੀ ਤਾਂ ਵਿਲਾਏ ਅਲੀ ਕੋ ਕਬੂਲ ਕਰ ਗਏ ਮੁਕੇ ਨਾ ਪਿਆ ਸਾਡੇ ਉੱਤੇ ਇੱਕ ਇਤਰਾਜ਼ ਹੁੰਦੇ ਮੀਆਂ ਯਸ਼ੀ ਵਾਲੇ ਦੇ ਜ਼ਾਕਿਰ ਮੌਲਵੀ ਆਲਮ ਮਲੰਗ ਜ਼ਿਆਦਾ ਅਲੀ ਅਲੀ ਕਰੇ ਨੇ ਹੁਸੈਨ ਹੁਸੈਨ ਕਰੇ ਨੇ ਅਤੇ ਸਰਕਾਰ ਜਨਾਬ ਰਸੂਲ ਪਾਕ ਦੀ ਤਾਰੀਫ ਇਹਨੇ ਕੋ ਆਉਂਦੀ ਨਹੀਂ ਮੈਂ ਤਾਂ ਕਮਲਾ ਜਿਵੇਂ ਸਾਕੂ ਆਉਂਦੀ ਹੋ ਤੁਹਾਕੂ ਨਹੀਂ ਆਉਂਦੀ ਨਬੀ ਸਰਦਾਰੇ ਅਲੀ ਹੁੰਦਾ ਗੁਲਾਮ ਹੈ ਕਿਉਂਕਿ ਹੁਣੇ ਸੋਹਣੇ ਦੇ ਮਿਲਾਜ ਸ਼ੁਰੂ ਥੀ ਗਏ ਮੇਰੇ ਦਿਲ ਮੈਂ ਜਨਾਬ ਕੋ ਸਰਕਾਰ ਜਨਾਬ ਰਸੂਲ ਪਾਕ ਦੀ ਨਾਜ਼ ਸ਼ਰੀਫ ਸੁਣਾਵਾਂ ਆਪਣੇ ਟਾਈਮ ਦੇ ਅੰਦਰ ਨੌਕਰੀ ਦੇਵਣੀ ਹੈ ਜਿਤਨੀ ਵਕਤ ਦਿੱਤਾ ਗਿਆ ਬਾਬਾ ਜੇ ਬੁਲੰਦ ਸਲਵਾ ਠੰਡੀ ਹੋ ਗਈ ਇਵੇਂ ਸਾਰੇ ਠਰ ਤੇ ਆਖੋ ਸੁਭਾਨ ਅੱਲਾ ਸਲਮ ਲੈ ਕਾਇਆ ਹਬੀਬ
ਅੱਲਾ ਸਾਰੇ ਬੋਲੋ ਹੈਦਰੀ। ਮੈਂ ਸਰਕਾਰ ਦੇ ਜ਼ੁਲਫੇ ਦੀ ਸ਼ਾਨ ਦੱਸਣੀ ਹਾਜ ਸਾਹਿਬ, ਤੁਸਾਂ ਤਵੱਜੋ ਕੀਤੀ ਤਾਂ ਲੁਤਫ ਸੀ। ਬਾਬਾ ਜੀ ਬੁਲੰਦ ਸਲਵਾਰ ਮਦਨੀ ਦੀਆਂ ਇਹਨਾਂ ਜ਼ੁਲਫਾਂ ਤੂੰ ਮੈਂ ਕੁਰਬਾਨ, ਹਾਂ ਤੁਝੇ ਹੈ ਖੁੱਲ ਜਾਣੇ ਤੇ ਨਾਜ਼ਿਲ ਹੁੰਦਾ ਏ ਕੁਰਾਨ ਜ਼ੁਲਫਾਂ। ਮੇਰਾ ਇਹ ਤਜਰਬਾ ਹੈ, ਬਲੋਚ ਕਾ ਤਜਰਬਾ ਹੈ, ਜ਼ਾਕਰੀ ਤਜਰਬਾ ਹੈ, ਬੰਦਾ ਆਜ ਸਾਹਿਬ ਦੋ ਵਾਰੀ ਨਹੀਂ ਬੋਲੇਗਾ, ਜਾਂ ਜ਼ਿਆਦਾ ਰਜਾ ਬੈਠਾ ਹੋਵੇ ਜਾਂ ਭੁੱਖਾ ਬੈਠਾ ਹੋਵੇ। ਹੁਣ ਮੇਰੇ ਕੋ ਪਤਾ ਨਹੀਂ ਕਿਤਨੀ ਰਜੇ ਬੈਠੋ ਤੇ ਕਿਤਨੀ ਭੁੱਖੇ ਬੈਠੋ। ਮਿਸਰਾ ਸੁਣਵੇ ਨਾ ਹਲਾਲੀਆਂ ਮਵਾਲੀਆਂ ਦੇ ਹਾਂ ਠਰਵੇ ਸੇ ਨਿਆਜ਼ ਹੁਸੈਨ ਤੋਂ ਜੋ ਵੋ ਜ਼ੁਲਫਾਂ ਮਦਨੀ ਦੀਆਂ ਇਹਨਾਂ ਜ਼ੁਲਫਾਂ ਤੋਂ ਮੈਂ ਕੁਰਬਾਨ, ਉਹ ਬਜ਼ੁਰਗਾਂ ਦੀ ਯਾਦ ਵਿੱਚ ਇੱਕੋ ਬੈਣ ਕਰਨੇ ਬਸ ਟਾਈਮ ਇਤਨੀ ਹਾਂ ਸਹੀ ਜਿਤਨੀ ਵਕਤ ਰੀਤਾ ਗਏ ਹਾਂ
ਬਹਾਂ ਦੇ ਡਿੱਠੇ